ਦੇਸ਼ ਵਿਦੇਸ਼ ਵਿੱਚ ਸਿੱਖ ਚੈਨਲ ਵੇਖ ਰਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸਾਡੇ ਨਾਲ ਜੰਮੂ ਭਾਰਤੀ ਜਨਤਾ ਪਾਰਟੀ ਦੇ ਐਮਐਲਸੀ ਵਿਕਰਮ ਰੰਦਾਵਾ ਜੀ ਸਰ ਅੱਜ ਰਾਹੁਲ ਗਾਂਧੀ ਤੇ ਆਪਣੀ ਵਿਪਖਸ਼ੀ ਪਾਰਟੀ ਦੇ ਜੇ ਅੰਨ 11 ਨੇਤਾ ਜਿਹੜੇ ਕਸ਼ਮੀਰ ਲਈ ਗਏ ਉਹਨਾਂ ਲਈ ਕੀ ਹੋਊਗਾ ਦੇਖੀਏ ਬੜੀ ਬਰਕਤ ਇਸ ਦੇਸ਼ ਦੀ ਕਿ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਅੱਜ ਦੇਸ਼ ਵਿੱਚ ਬਲਦੀ ਚ ਅੱਗ ਪਾਉਂਦਾ ਤੇਲ ਪਾਉਂਦਾ ਜਿਹੜਾ ਉਹ ਕੰਮ ਕਰੇ ਕਰਦੀ ਹੈ ਜੰਮੂ ਕਸ਼ਮੀਰ ਦੇ ਹਾਲਾਤ ਧਾਰਾ 370 89 ਦੇ ਬਾਅਦ ਕੇਂਦਰ ਦੀ ਸਰਕਾਰ ਔਰ ਮੌਜੂਦਾ ਜਿਹੜੀ ਗਵਰਨਰ ਐਡਮਿਨਿਸਟ੍ਰੇਸ਼ਨ ਹੈ ਪੂਰੀ ਕੰਟਰੋਲ ਚ ਰੱਖਣ ਦਾ ਪ੍ਰਯਾਸ ਕਰ ਰਹੀ ਹੈ ਬਹੁਤ ਅੱਛੇ ਹਾਲਾਤ ਨੇ ਠੀਕ ਹੈ ਐਡਾ ਬੜਾ ਤੁਸੀਂ ਡਿਸੀਜਨ ਲਿਆ ਇਹਦੀ ਰਿਐਕਸ਼ਨ ਹੋਣ ਦਾ ਡਰ ਸੀ ਲੋਗਾਂ ਨੂੰ ਭੜਕਾਉਣ ਦਾ ਡਰ ਸੀ ਵੱਡੀ ਗੱਲ ਹੈ ਕਿ ਸਾਰੇ ਸਿਆਸਤਦਾਨ ਕਿਉਂ ਹੋਸਟ ਰੈਸਟੋਰੈਂਟ ਦਿੱਤੀ ਦੀਏ ਤਾਂ ਕਿ ਉਹ ਲੋਗਾਂ ਨੂੰ ਭੜਕਾਉਣ ਨਹੀਂ ਲੇਕਿਨ ਰਾਹੁਲ ਗਾਂਧੀ ਜਿਨ੍ਹਾਂ ਦੇ ਪੱਲੇ ਤਾਂ ਕੁਝ ਬਚਦਾ ਨਹੀਂ ਹੈ ਕਾਂਗਰਸ ਯਾ ਆਲਰਡੀ ਹਾਲਤ ਖਰਾਬ ਹੈ ਉਹਨਾਂ ਨੇ ਇੱਕ ਪੂਰਾ ਗਰੁੱਪ ਬਣਾ ਕੇ ਔਰ ਕਮਿਊਨਿਸਟ ਲੋਕ ਜਿਹੜੇ ਕਿ ਦੇਸ਼ ਦੇ ਵਿੱਚ ਹਮੇਸ਼ਾ ਦੰਗੇ ਭੜਕਾਉਣ ਲਈ ਮਸ਼ਹੂਰ ਨੇ ਔਰ ਮੰਨੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਦਾ ਜੋ ਕਸ਼ਮੀਰ ਚਲੇ ਗਏ ਲੇਕਿਨ ਮੈਨੂੰ ਲੱਗਦਾ ਕਿ ਜਿਸ ਤੱਕ ਮੇਰੀ ਜਾਣਕਾਰੀ ਹੈ ਸਾਡੀ ਗਵਰਨਰ ਐਡਮਿਨਿਸਟ੍ਰੇਸ਼ਨ ਨੇ ਔਰ ਉਹਨਾਂ ਨੂੰ ਬਾਹਰ ਆਣ ਦੀ ਪਰਮਿਸ਼ਨ ਨਹੀਂ ਦਿੱਤੀ ਔਰ ਉਹਨਾਂ ਨੂੰ ਸ਼ਹਿਰ 에 ਰਿਫਲੈਕਸ਼ਨ ਕਰਨੀ ਚਾਹੀਦੀ ਕਿ ਅਸੀਂ 70-72 ਸਾਲ ਤੋਂ ਦੇਸ਼ ਦੀ ਤਬਹੀ ਕੀਤੀ ਹੈ ਅਗਰ ਅੱਜ ਦੇਸ਼ ਠੀਕ ਰਸਤੇ ਪਰ ਚੱਲਣ ਲਈ ਆ ਰਿਹਾ ਹੈ ਸਾਨੂੰ ਨੂੰ ਸਪੋਰਟ ਕਰਨੀ ਚਾਹੀਦੀ ਖਾਮਕਾਰਾ ਵਿਰੋਧ ਕਰਕੇ ਦੇਸ਼ ਦੇ ਵਿੱਚ ਦੰਗੇ ਫਸਾਦ ਜਿਹੜਾ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਦੋਂ 370 ਤੋੜੀ ਗਈ ਸੀ ਉਹਦੇ ਬਾਅਦ ਗਵਰਨਰ ਸੱਤਿਆਪਾਲ ਮਲਿਕ ਹੋਰਾਂ ਤੋਂ ਕਿਹਾ ਗਿਆ ਸੀ ਕਿ ਵਿਪਖਸ਼ੀ ਪਾਰਟੀਆਂ ਨੂੰ ਕਿ ਤੁਸੀਂ ਕਸ਼ਮੀਰ ਆ ਸਕਦੇ ਹੋ ਤੇ ਰਾਹੁਲ ਗਾਂਧੀ ਤੇ ਵਿਪਖਸ਼ੀ ਪਾਰਟੀਆਂ ਦਾ ਕਹਿਣਾ ਹੈ ਕਿ ਅਗਰ ਅਸੀਂ ਦੇਖਣ ਆ ਰਹੇ ਅਗਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਸ਼ਮੀਰ ਜਾ ਸਕਦੇ ਤਾਂ ਸਾਨੂੰ ਵੀ ਆਪਣੇ ਲੋਕਾਂ ਨਾਲ ਅਸੀਂ ਵੀ ਭਾਰਤ ਵਾਸੀ ਆ ਅਸੀਂ ਆਪਣੇ ਲੋਕਾਂ ਨਾਲ ਮਿਲ ਸਕਦੇ ਆ ਦੇਖੋ ਉਹ ਜਿਸ ਕੰਟੈਕਸਟ ਵਿੱਚ ਗੋਵਰਨ ਸਾਹਿਬ ਨੇ ਗੱਲ ਕੀਤੀ ਸੀ ਉਹ ਕੰਟੈਕਸਟ ਕੁਝ ਹੋਰ ਸੀ ਕਿਉਂਕਿ ਰਾਹੁਲ ਗਾਂਧੀ ਦਿੱਲੀ ਤੋਂ ਬੈਠ ਕੇ ਜਬਰ ਜਬਰਦਸਤੀ ਬਿਆਨ ਦੇਣ ਦੇ ਪ੍ਰਯਾਸ ਕਰੇ ਕਰਦੇ 377 ਤੇ ਕੁਝ ਬੋਲ ਨਹੀਂ ਸਕਦਾ ਉਹ ਕਿ ਅੱਛਾ ਆ ਜਾਂ ਬੁਰਾ ਆ ਲੇਕਿਨ ਉਹਨੇ ਬਿਆਨ ਦੇਣ ਦਾ ਪ੍ਰਯਾਸ ਕੀਤਾ ਕਿ ਕਿਹਦੇ ਨਾਲ ਕਿਹਦੇ ਕਸ਼ਮੀਰ ਦੇ ਹਾਲ ਬਹੁਤ ਜ਼ਿਆਦਾ ਖਰਾਬ ਨੇ ਇੱਕ ਆਲ ਪਾਰਟੀ ਜਿਹੜੀ ਡੈਲੀਗੇਸ਼ਨ ਨੂੰ ਅਲਾਉਟ ਕਰਨਾ ਚਾਹਦਾ ਆਲ ਪਾਰਟੀ ਡੈਲੀਗੇਸ਼ਨ ਜਿਹੜਾ ਹੈ ਭਾਰਤ ਸਰਕਾਰ ਕਰਦੀ ਹੈ ਔਰ ਉਹਨੂੰ ਪਰਮਿਸ਼ਨ ਦਿੰਦੀ ਹੈ ਇਹਨਾਂ ਨੇ ਬਾਦ ਸਰਕਾਰ ਕੋਲ ਕੋਈ ਪਰਮਿਸ਼ਨ ਲਈ ਸਾਨੂੰ ਜਾਨਣਾ ਚਾਹੀਦਾ ਕਿ ਨਹੀਂ ਜਾਨਣਾ ਚਾਹੀਦਾ ਉੱਥੇ ਦੇ ਹਾਲਾਤ ਸਮਾਨੇ ਹਨ ਜਾਂ ਨਹੀਂ ਹਨ ਮਤਲਬ ਇਹਨਾਂ ਦਾ ਕੈਰੈਕਟਰ ਜਿਹੜਾ ਉਹ ਸਭ ਨੂੰ ਪਤਾ ਹੈ ਔਰ ਇਹਨਾਂ ਦੇ ਕੈਰੈਕਟਰ ਨੂੰ ਮੱਦਦ ਨਜ਼ਰ ਰੱਖਤੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਜਾਂ ਫਿਰ ਗਵਰਨਰ ਐਡਮਿਸ਼ਨ ਨੇ ਬੜਾ ਅਚਾਨਕ ਨੇ ਇਹਨੇ ਲਿਆ ਥੋੜੇ ਦਿਨਾਂ ਤੱਕ ਹਾਲਾਤ ਬਿਲਕੁਲ ਸਮਾਨੇ ਹੋ ਜਾਣਾ ਚਾਹੀਦੇ ਮੈਂ ਤਾਂ ਕਹਿੰਦਾ ਰਾਹੁਲ ਗਾਂਧੀ ਕਸ਼ਮੀਰ 'ਚ ਮਕਾਨ ਬਣਾਏ ਇਹਨੂੰ ਕੀ ਲੋੜ ਹੈ ਜਾ ਕੇ ਉੱਥੇ ਘੁੰਮਣ ਦੀ ਉਹਦੇ ਰਸਤਾ ਖੋਲ ਦਿੱਤਾ ਸਾਰਾ ਰਾਹੁਲ ਗਾਂਧੀ ਅਗਰ ਲੱਗਦਾ ਉਹਨੂੰ ਕਿ ਉਹਦੇ ਅੰਦਰ ਬੜੀ ਜ਼ ਸ਼ੁਰੂ ਕਰਦੇ ਕਾਂਗਰਸ ਦੇ ਸੀਨੀਅਰ ਨੀਤ ਨੇਤਾਂ ਜਿਹੜੇ ਗੁਲਾਮ ਨਵੀ ਅਜ਼ਾਦ ਉਹਨਾਂ ਨੇ ਵੀ ਕਿਹਾ ਕਿ ਅਸੀਂ ਦੋ ਵਾਰ ਮੈਂ ਆਪਣਾ ਘਰ ਹੈ ਮੇਰਾ ਜੰਮੂ ਚ ਮਗਰ ਮੈਨੂੰ 에어ਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ ਦੇਖੋ ਗੁਲਾਮ ਨਵੀ ਅਜ਼ਾਦ ਦਾ ਜਿਹੜਾ ਆਣੇ ਦਾ ਤੌਰ ਤਰੀਕਾ ਸੀ ਮੈਨੂੰ ਲੋਤਾ ਸ਼ਾਇਦ ਐਡਮਿਨਿਸਟ੍ਰੇਸ਼ਨ ਨੂੰ ਸਮਝ ਆ ਗਿਆ ਸੀ ਕਿ ਉਹ ਹਾਲਾਤ ਠੀਕ ਨਹੀਂ ਹੈ ਉਹ ੜਕਾਨ ਦੇ ਪ੍ਰੈਸ ਕਰਨ ਲਈ ਆ ਰਿਹਾ ਹੈ ਅਗਰ ਉਹਨਾਂ ਨੂੰ ਇਨਾ ਹੀ ਆਪਣੇ ਬੱਚਿਆਂ ਦੇ ਪ੍ਰਤੀ ਜਾਂ ਪਰਿਵਾਰ ਦੇ ਪ੍ਰਤੀ ਸੀ ਉਹਨਾਂ ਨੂੰ ਦਿੱਲੀ ਵੀ ਬੁਲਾਇਆ ਜਾ ਸਕਦਾ ਸੀ ਜਿਸ ਤਰੀਕੇ ਦੇ ਕਾਂਗਰਸ ਦੇ ਦਿੱਗਜ ਲੋਕਾਂ ਨੇ ਧਾਰਾ 370 ਦਾ ਸਮਰਥਨ ਕੀਤਾ ਭੁਪਿੰਦਰ ਸਿੰਘ ਹੁੱਡਾ ਲੈ ਲੋ ਉਹ ਜਿੰਨੇ ਵੀ ਇਹਨਾਂ ਨੇ ਸਾਹਿਬ ਕਿਹਾ ਕਿ ਜੇ ਜੋ ਹੋਇਆ ਇਹ ਬਹੁਤ ਅੱਛਾ ਰਿਸੀਨ ਹੋਇਆ ਤੇ ਫਿਰ ਗੁਲਾਮ ਨਬੀ ਆਜ਼ਾਦ ਨੂੰ ਐਟ ਲੀਸਟ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਮੈਂ ਐਕਸ ਚੀਫ ਮਿਨਿਸਟਰ ਰਹਿ ਚੁੱਕਿਆ ਹਾਂ ਮੈਨੂੰ ਇੱਕ ਮੇਰੇ ਕੋਲ ਲੈਵਲ ਹੈ ਕਿ ਮੈਂ ਜੰਮੂ ਕਸ਼ਮੀਰ ਦਾ ਤੇ ਮੈਨੂੰ ਜੰਮੂ ਕਸ਼ਮੀਰ ਦੇ ਹਾਲਾਤ ਪਹਿਲੇ ਸਮਾਨ ਨੇ ਹੋਣ ਦੇਣੇ ਚਾਹੀਦੇ ਫਿਰ ਲੋਕਾਂ ਵਿੱਚ ਜਾਣਾ ਚਾਹੀਦਾ ਅੱਛਾ ਸਰ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਦਾ ਨਿਧਨ ਹੋ ਗਿਆ ਏਮਸੀ ਚ ਤਕੋ ਅੱਜ ਸਵੇਰੇ 12:10 ਦੇ ਉੱਪਰ ਜ਼ਿਲੇ ਮੀਡੀਆ ਦੇ ਮਾਧਮ ਨਾਲ ਸਾਰੇ ਦੇਸ਼ 'ਚ ਨਿਊਜ਼ ਫੈਲੀ ਕਿ ਦੇਸ਼ ਦੇ ਲੋਕਪ੍ਰੀਤ ਨੇਤਾ ਅਰੁਣ ਜੈਤਲੀ ਜੀ ਸਾਡੇ ਵਿੱਚ ਨਹੀਂ ਰਹੇ ਇੱਕ ਬੜੀ ਦੁਖਦ ਸਮਾਚਾਰ ਸੀ ਔਰ ਅਸੀਂ ਤੇ ਪਿਛਲੇ ਤਕਰੀਬਨ ਕਾਫੀ ਦਿਨਾਂ ਤੋਂ ਜਿਹੜੇ ਉਹ ਅਸਵਸਥ ਸੀ ਇੱਕ ਪ੍ਰਾਰਥਨਾ ਕਰਦੇ ਸੀ ਵਾਹਿਗੁਰੂ ਕੋਲ ਭਗਵਾਨ ਕੋਲ ਅੱਲਾਹ ਕੋਲ ਕੀ ਉਹਨਾਂ ਨੂੰ ਸਿਹਤ ਬਖਸ਼ੀ ਜਾਏ ਉਹ ਤੰਦਰੁਸਤੋ ਕੇ ਵਾਪਸ ਆਉਣ ਔਰ ਸਮਾਜਿਕ ਔਰ ਰਾਜਨੀਤਿਕ ਖੇਤਰ ਜਿਹੜੀ ਆਪਣੀ ਜ਼ਿੰਮੇਵਾਰੀ ਉਹ ਪੂਰੀ ਤਰ੍ਹਾਂ ਨਾਲ ਨਿਭਾਣ ਲੇਕਿਨ ਭਗਵਾਨ ਨੂੰ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਖੈਰ ਲੇਕਿਨ ਅੱਜ ਬਹੁਤ ਵੱਡਾ ਤੱਕਾ ਜੰਮੂ ਕਸ਼ਮੀਰ ਨੂੰ ਕਹਾਗਾ ਵਿਸ਼ੇਸ਼ ਕਰਕੇ ਲਗਾ ਕਿਉਂਕਿ ਉਹ ਜੰਮੂ ਕਸ਼ਮੀਰ ਦੇ ਬੇਸ਼ੱਕ ਦਮਾਦ ਸਨ ਲੇਕਿਨ ਉਹਨਾਂ ਨੇ ਬੇਟੇ ਦਾ ਰੋਲ ਨਿਭਾਇਆ ਜਦੋਂ ਵੀ ਜੰਮੂ ਦੇ ਲੋਕਾਂ ਨੂੰ ਡੋਗਰਿਆ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਜ਼ਰੂਰਤ ਪਈ ਕੇਂਦਰ ਸਰਕਾਰ ਕੋਲ ਕੋਈ ਵੀ ਕੰਮ ਕਰਵਾਉਣਾ ਹੋਇਆ ਉਹਨਾਂ ਨੇ ਕਦੀ ਵੀ ਪਿੱਛੇ ਨਹੀਂ ਹੋਏ ਜਿੱਥੇ ਤਾਂ ਕਿ ਮੈਂ ਕਹਾਗਾ ਇਹ ਸਾਡੀ ਡੋਗਰੀ ਭਾਸ਼ਾ ਜਿਹੜੀ 8ਵੇਂ ਸ਼ੈਡਿਊਲ ਚਾਹੀਏ ਇਹਨੂੰ 8ਵੇਂ ਸ਼ੈਡਿਊਲ ਚ ਲਿਆਉਣ ਦੇ ਵਿੱਚ ਵੀ অরুণ ਜੇਟਲੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਦੇਸ਼ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਜੰਮੂ ਕਸ਼ਮੀਰ ਨੇ ਵੀ ਆਪਣਾ ਇੱਕ ਬੇਟਾ ਹੀ ਖੋਇਆ ਹੈ ਦਾ ਸੀ ਬੜੀਆਂ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਏ ਪਿਛਲੇ ਦਿਨ ਸੁਸ਼ਮਨ ਸਰਾਜ ਜੀ ਤੋਂ ਪਹਿਲੇ ਮਨੋਜ ਪਾਰੇਕਰ ਜੀ ਫਿਰ ਅਨੰਤ ਕੁਮਾਰ ਜੀ ਦਾ ਜਾਣਾ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਤੱਕਾ ਹੈ ਅਸੀਂ ਕੋਸ਼ਿਸ਼ ਕਰਾਂਗੇ ਨੌਜਵਾਨ ਕਾਰਜਕਰਤਾ ਕੀ ਉਹਨਾਂ ਦੀ ਪ੍ਰੇਰਣਾ ਨਾਲ ਕੰਮ ਕਰਕੇ ਅੱਗੇ ਚੱਲੀਏ ਤਾਂ ਕਿ ਜੋ ਨੁਕਸਾਨ ਇਹਨਾਂ ਦੇ ਜਾਣ ਨਾਲ ਹੋਇਆ ਉਹਦੀ ਕਿਸੇ ਨਾ ਕਿਸੇ ਪਰਵਾਹੀ ਕਰ ਸਕੀਏ ਸ਼ੁਕਰੀਆ ਸਰ ਐਸੀ ਜੰਮੂ ਕਸ਼ਮੀਰ ਭਾਰਤੀ ਜਨਤਾ ਪਾਰਟੀ ਦੇ ਐਮਐਲਸੀ ਵਿਕਰਮ ਰੰਧਾਵਾ ਜੀ ਇਹਨਾਂ ਨੇ ਪੂਰਾ ਕਿਹਾ ਕਿ ਕੋਈ ਵੀ ਵਿਪક્ષੀ ਦਲ ਜਾਂ ਕੋਈ ਵੀ ਵੱਡਾ ਨੇਤਾ ਜੰਮੂ ਕਸ਼ਮੀਰ ਦੇ ਹਾਲਾਤ ਸਾਮਾਨੇ ਹੋਣ ਦੇ ਬਾਅਦ ਕੋਈ ਵੀ ਆਏ ਜਾਏ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਕੈਮਰਾ ਪਰਸਨ ਸ਼ਿਵਸ਼ੰਕਰ ਦੇ ਨਾਲ ਸਿੱਖ ਚੈਨਲ ਲਈ ਜੰਮੂ ਤੋਂ ਰਾਜਿੰਦਰ ਸਿੰਘ